एक डेरे के ऊपर से बिजली की तार बिछाने के लिए आए बिजली अधिकारियों और पुलिस की कार्रवाई के दौरान डेरा मालिक 65 वर्षीय बुजुर्ग किसान की घबराहट से मौत हो गई। मृतक के परिजनों ने बिजली अधिकारियों को मौत के लिए जिम्मेदार ठहराया तथा कार्रवाई की मांग भी की। फिलहाल मृतक की लाश को पोस्टमार्टम के लिए बटाला के सिविल अस्पताल में रखवा दिया गया है। मृतक के परिजनों का आरोप है कि उनके पिता की मौत बिजली विभाग व पुलिस की धक्केशाही के कारण हुई है, इसलिए दोनों विभागों के अधिकारियों पर बनती कार्रवाई होनी चाहिए। परिजनों ने चेतावनी भी दी कि अगर आरोपियों खिलाफ कार्रवाई नहीं हुई तो वह शव को चौक में रखकर पुलिस प्रशासन के खिलाफ धरना प्रदर्शन करेंगे, जो कि आरोपियों पर कार्रवाई होने तक जारी रहेगा। मेरे पिताजी सरदार गंभीर सिंह जिन्हों की कल डैथ हुई है, साढ़े डेरे के उत्तों की तारा लंघाते सी। इन्हों ने पहला साढ़े दरखास्त दी आ, दरखास्त दी बाद पुलिस आई आ, तो थाने वाले ने टाइम दिता भी सवेरे 10 बजे ताडे उत्थे आउणगे बंदे, तो कोई गल नहीं, ताडा जिद्दां भी एडजस्टमेंट होगी कर देणगे। 1 बजे के करीब जदों 2 गड्डियां पुलिस दियां नाल एस डी ओ नाल गई आ, ये आ के इन्हां ने आ के आउंदिया ही साढ़े प्यो नूं धक्के मारे आ, 2-3 धक्के मारे, वो डिग पिया, उस वेले उहदी डैथ हो गई आ। तो मुड़ के अहीं चुक के उस वेले पुलिस वालिया की गड्डी जी पा के सिविल होस्पिटल लैके आ गए। ये भी कहिंदे भी रैड हो गया, ये जिहड़ी पुलिस नाल ही उन्हां दे दबाव ते प्रैशर पा के ते उन्हां दा इदां होया। सानूं इंसाफ मिलना चाहीदा वा, साढ़े नाल बहुत धक्का होया, साडा प्यो मारता इन्हां ने। ਜਿਹੜੇ ਗੰਭੀਰ ਸਿੰਘ ਸਾਡੇ ਤਾਇਆ ਸੀ ਜਿਹੜੀ ਡੈਥ ਹੋਈ ਆ, ਇਹ ਸਰੇਆਮ ਧੱਕਾ ਹੋਇਆ ਜੀ। ਉਹ ਬਹੁਤ ਚੰਗੇ ਇਨਸਾਨ ਸੀਗੇ। ਜਿਹੜੇ ਇਹਨਾਂ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਹਾਂ ਤਾਰ ਘਰ ਦੇ ਵਿੱਚ ਲੰਘਾਉਣੀ, ਪਹਿਲੀ ਗੱਲ ਤਾਂ ਕਾਨੂੰਨੀ ਤੌਰ 'ਤੇ ਇਹ ਬਣਦਾ ਹੀ ਨਹੀਂਗਾ। ਕੋਈ ਵੀ ਸਾਡੀ ਗੱਲ ਛੱਡੋ, ਤੁਸੀਂ ਇੱਕ ਥਰਡ ਬੰਦੇ ਨੂੰ ਲਿਆ ਕੇ ਗੱਲ ਪੁੱਛ ਲਓ ਕਿਸੇ ਦੇ ਘਰ ਦੇ ਵਿੱਚ ਉਹਦੀ ਤਾਰ ਲੰਘਾਉਣੀ ਕਿੱਡੀ ਕੁ ਜਾਇਜ਼ ਆ, ਕਿੱਡੀ ਕੁ ਨਜਾਇਜ਼ ਆ। ਅਗਰ ਕੋਈ ਬੰਦਾ ਇਹ ਗੱਲ ਦੇ ਵਿੱਚ ਹਾਮੀ ਭਰਦਾ ਆ ਕਿ ਇਹ ਸਹੀ ਆ, ਤਾਂ ਫਿਰ ਤੁਸੀਂ ਜਿੱਦਾਂ ਕਰ ਜਿੱਦਾਂ ਕਾਰਵਾਈ ਕਰਨੀ ਕਰ ਸਕਦੇ ਜੀ। ਜੋ ਉਹਨਾਂ ਨੇ ਹੱਥ ਜੋੜ ਕੇ ਰਿਕੁਐਸਟ ਕੀਤੀ, ਉਹਨਾਂ ਲੱਗੇ ਕਿ ਸਰ ਇਹ ਸਾਡੇ ਘਰ ਵੇਖੋ ਮੀਟਰ ਲੱਗਾ ਹੋਇਆ, ਡੰਗਰ ਵੱਜੇ ਆ, ਆਪਾਂ ਕੱਲ੍ਹ ਉੱਥੇ ਬੱਚਿਆਂ ਦਾ ਘਰ ਬਣਾਉਣ ਆਇਆ, ਤਾਂ ਤੁਸੀਂ ਇਹ ਕਾਰਵਾਈ ਜਿਹੜੀ ਇੱਧਰ ਦੀ ਨਾ ਕਰੋ, ਤੁਸੀਂ ਇਹ ਤਾਰ ਦੂਸਰੀ ਸਾਈਡ 'ਤੇ ਲੰਘਾ ਲਓ। ਜਈ ਸਾਹਿਬ ਜਿਹੜੇ ਮਨੋਹਰ ਲਾਲ ਜੀ ਹੋਏ, ਉਹਨਾਂ ਨੇ ਪੁਲਿਸ ਨੂੰ ਵਿੱਚ ਇਨਵਾਈਟ ਕੀਤਾ, ਅਤੇ ਕੀ ਇਹ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਣ ਕੇ ਉਹ ਚੀਜ਼ 'ਤੇ ਵੇਖਦੇ ਪਹਿਲਾਂ ਵੈਰੀਫਾਈ ਕਰਦੇ ਚੀਜ਼ ਨੂੰ ਕਿ ਇਹ ਵਾਕਈ ਜੋ ਹੋ ਰਿਹਾ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਜੇ ਮਨੋਹਰ ਲਾਲ ਜੀ ਗਲਤੀ ਤਾਂ ਉਹ ਉੱਥੋਂ ਵਾਪਸ ਜਾ ਸਕਦੇ ਸੀਗੇ, ਨਹੀਂ ਸਰ ਤੁਸੀਂ ਇਹਨਾਂ ਨੂੰ ਧੱਕਾ ਕਰਨ ਦੇ। ਇਹ ਪੁਲਿਸ ਵਾਲੇ 2 ਗੱਡੀਆਂ ਆ ਕੇ ਸਰਦਾਰ ਗੰਭੀਰ ਸਿੰਘ ਨੂੰ ਧੱਕੇ ਮਾਰਨ ਦੀ ਕੀ ਜ਼ਰੂਰਤ ਸੀਗੀ? ਅਸੀਂ ਚਾਹੁੰਦੇ ਹਾਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਜੇ ਸਾਡੇ ਤਾਇਆ ਜੀ ਜਿਹੜੇ ਡੈਥ ਹੋ ਗਈ, ਜਿਹੜੇ ਚਲੇ ਗਏ, ਉਹ ਵਾਪਸ ਆ ਨਹੀਂ ਸਕਦੇ, ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਇਹ ਕਾਰਵਾਈ ਬਣਦੀ ਹੈ ਹੋਣੀ ਚਾਹੀਦੀ ਆ, ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ 302 ਦਾ, ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਆ। ਇਹ ਨਹੀਂ ਆਏ ਤਾਂ ਮੇਰੇ ਪੋਤੇ ਸਮਰਨ ਚਲ ਗਏ, ਘਰ ਚਲ ਗਿਆ। ਮੈਂ ਗੁਰਦੁਆਰੇ ਪਾਠ ਹੁੰਦਾ 1:30 ਵਜੇ ਦਾ ਟਾਈਮ ਆ, ਇਹ ਚੋਰੀ ਜਾ ਕੇ ਮਾਰ ਕੇ ਚੱਕਣੇ। ਜਾਗਰਤੀ ਲਹਿਰ ਕੇ ਲਈ ਬਟਾਲਾ ਸੇ ਵਿੱਕੀ ਮਲਿਕ ਕੀ ਰਿਪੋਰਟ।